ਾਰੇ ਕਿਸਾਨ ਵੀਰੋ ਤੇ ਭੈਣੋ ਖੇਤੀਬਾੜੀ ਦੇ ਜੇਕਰ ਵਿਕਾਸ ਦੀ ਗੱਲ ਕਰੀਏ ਤੇ ਮਸ਼ੀਨੀ ਕਰਨ ਦਾ ਬੜਾ ਅਹਿਮ ਰੋਲ ਏ ਖੇਤੀ ਮਸ਼ੀਨਾ ਸਾਡੇ ਕੋ ਸਾਰੇ ਕੋਲ ਆ ਗਈਆਂ ਨੇ ਕਿਸੇ ਕੋਲ ਬਹੁਤ ਵਧੀਆ ਮਸ਼ੀਨਾ ਨੇ ਦੇਖੋ ਗੱਲ ਇਹ ਹੈ ਕਿ ਖੇਤੀ ਆਪਾਂ ਜਿਹੜੋ ਕਰਨਿਆ ਤੇ ਮਸ਼ੀਨਾ ਦੀ ਲੋਡ ਸਾਨੂੰ ਪੈਣੀ ਪੈਣੀ ਏ ਤੇ ਹੁਣ ਜਿਹੜੀ ਗੱਲ ਕਰਦੀ ਆਪਾਂ ਪਿੱਛੇ ਦੀ ਆਪਾਂ ਝੋਨੇ ਦੀ ਵਾਢੀ ਕੀਤੀ ਏ ਤੇ ਝੋਨੇ ਦੀ ਪਰਾਲੀ ਨੂੰ ਜ਼ਮੀਨ ਚਵਾਇਆ ਵੀ ਹੈਗਾ ਉਹਦੇ ਵਾਸਤੇ ਵੀ ਸਾਡੇ ਕੋ ਮਸ਼ੀਨਾ ਜੜੀਆਂ ਉਹ ਕਾਫੀ ਮਹਿਕਮਾ ਜ਼ਰਾਇਤ ਵੱਲੋਂ ਵੀ ਮਿਲੀਆਂ ਅਸੀਂ ਖੁਦ ਵੀ ਲਈਆਂ ਔਰ ਸਾਡੇ ਕੋ ਕਾਫੀ ਮਸ਼ੀਨਾ ਉਪਲਬਧ ਹੈਗੀਆਂ ਹੁਣ ਗੱਲ ਆਉਂਦੀ ਏ ਕਿ ਇਹਨਾਂ ਮਸ਼ੀਨਾਂ ਦੀ ਸੰਭਾਲ ਕਿਵੇਂ ਕਰਨੀ ਹੈ ਦੇਖੋ ਗੱਲ ਐ ਕਿ ਮਸ਼ੀਨਾਂ ਆਪਾਂ ਮਹਿੰਗੀਆਂ ਲੈ ਲਈਆਂ ਤੇ ਮਸ਼ੀਨਾਂ ਨੂੰ ਸੰਭਾਲਣਾ ਬੜਾ ਜ਼ਰੂਰੀ ਹੈ ਤਾਂ ਕਿ ਅਗਲੇ ਸੀਜ਼ਨ 'ਚ ਜੋ ਸਮਾਂ ਆਵੇ ਤੇ ਮਸ਼ੀਨਰੀ ਸੰਭਾਲੀ ਆਪਾਂ ਕਰਨੀ ਤਾਂ ਮਸ਼ੀਨਾਂ ਨੂੰ ਫਿਰ ਬਰਤਣਾ ਵੀ ਹੈਗਾ ਔਰ ਨਾਲ ਦੇ ਨਾਲ ਕੁਝ ਸਕੀਮਾਂ ਵੀ ਨੇ ਮਹਿਕਮਾ ਜ਼ਰਾਇਤ ਦੀਆਂ ਉਹ ਵੀ ਤੁਹਾਡੇ ਨਾਲ ਅੱਜ ਤੁਹਾਡੇ ਨਾਲ ਡਿਸਕਸ ਕਰਨੀ ਹੈ ਤੁਹਾਨੂੰ ਜਾਣਕਾਰੀ ਦੇਣੀ ਹੈ ਮੇਰੇ ਨਾਲ ਨੇ ਇੰਜੀਨੀਅਰ ਜਗਦੀਸ਼ ਸਿੰਘ ਜੀ ਖੇਤੀਬਾੜੀ ਇੰਜੀਨੀਅਰ ਨੇ ਔਰ ਜ਼ਿਲ੍ਹਾ ਜਲੰਧਰ ਕਪੂਰਥਲਾ ਇਹ ਇਸ ਇਲਾਕੇ ਦੇ ਵਿੱਚ ਆਪਣੀ ਸੇਵਾ ਨਿਭਾਉਂਦੇ ਨੇ محکمہ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਿੱਚ ਜਿੰਨੇ ਸਾਹਿਬ ਹਾਂਜੀ ਡਾਕਟਰ ਸਾਹਿਬ ਹੁਣ ਜੇ ਜ਼ਿਕਰ ਕਰੀਏ ਤਾਂ ਉਸੇ ਵਧਾਈ ਦੇ ਪਾਤਰ ਹੋ ਕੇ ਬੜਾ ਵਧੀਆ ਉਪਰਲਾ ਕੀਤਾ ਹੈ ਔਰ ਸਾਡੇ ਕਿਸਾਨਾਂ ਨੇ ਤੁਹਾਡੀ ਗੱਲ ਮੰਨਦਿਆਂ ਹੋਏ ਆਂ ਕਾਫੀ ਕਿਸਾਨਾਂ ਨੇ ਝੋਨੇ ਦੇ ਪ੍ਰਾਲ ਨੂੰ ਜ਼ਮੀਨ ਚਵਾ ਕੇ ਹੈਪੀ ਸੀਡਰ ਰਾਈ ਕਨਕ ਦੀ ਕਾਸ਼ੀ ਵੀ ਕੀਤੀ ਔਰ ਚੰਗੇ ਨਤੀਜੇ ਉਹਦੇ ਮਿਲੇ ਨੇ ਹਾਂਜੀ ਹਾਂਜੀ ਹੁਣ ਗੱਲ ਆਉਂਦੀ ਹੈ ਇਹ ਮਸ਼ੀਨਾਂ ਜਿਹੜੀਆਂ ਕਾਫੀ ਮਿਕ ਮਿਕਦਾਰ ਤੇ ਤੁਸੀਂ ਅ ਕਿਸਾਨਾਂ ਨੂੰ ਸਬਸਿਡੀਆਂ ਦੇ ਮਹੱਇਆ ਕਰਾਈਆਂ ਕਾਫੀ ਮਸ਼ੀਨਾਂ ਪੰਜਾਬ ਚ ਬਲਦ ਹੋ ਗਈਆਂ ਇਹਨਾਂ ਦੀ ਸੰਭਾਲ ਵੀ ਆਪਾਂ ਕਰਨੀ ਹੈ ਹਾਂਜੀ ਹਾਂਜੀ ਸੋ ਹੁਣ ਕਿਸਾਨ ਦਾ ਕੀ ਫਰਜ਼ ਬੰਦਾ ਹੈ ਕਣਕ ਦੀ ਬਿਜਾਈ ਤੋਂ ਬਵੇਲੇ ਹੋ ਗਏ ਆ ਇਹਨਾਂ ਮਸ਼ੀਨ ਨੂੰ ਆਪਾਂ ਸਾਹਮਣੇ ਕੀ ਕਰਨਾ ਚਾਹੀਦਾ ਆਪਾਂ ਨੂੰ ਡਾਕਟਰ ਸਾਹਿਬ ਪਹਿਲਾਂ ਤਾਂ ਮੈਂ ਆਪਣੇ ਸਮੂਹ ਕਿਸਾਨ ਵੀਰਾਂ ਨੂੰ ਵਧਾਈ ਦੇਣੇ ਚਾਹੁੰਦਾ ਆਂ ਜਿਨ੍ਹਾਂ ਨੇ ਵੱਧ ਚੜ ਕੇ ਜਿਹੜੀ ਹੈ ਪਰਾਲੀ ਨਹੀਂ ਸੰਭਾਲ ਲਈ ਕੀਤੀ ਆ ਤੇ ਪਰਾਲੀ ਨਹੀਂ ਜ਼ਮੀਨ ਚ ਹੀ ਬੋਂਦੇ ਹੋਏ ਅਗਲੀ ਕਣਕ ਦੀ ਬਿਜਾਈ ਕੀਤੀ ਆ ਜਿਨ੍ਹਾਂ ਚ ਉਹਨਾਂ ਨੇ ਆਪਣੀ ਹੈਪੀ ਸੀਡ ਦੀ ਵਰਤੋਂ ਕੀਤੀ ਆ ਮਲਚੇ ਦੀ ਵਰਤੋਂ ਕੀਤੀ ਆ ਪਲੌ ਦੀ ਵਰਤੋਂ ਕੀਤੀ ਆ ਹੁਣ ਇਹ ਜਿਹੜੀਆਂ ਮਸ਼ੀਨਾਂ ਹੈਗੀਆਂ ਇਹ ਮਹਿੰਗੇ ਬਹੁਤ ਹੈਗੀਆਂ ਤੇ ਇਹਨਾਂ ਦੀ ਮਹਿੰਗੇ ਹੋਣ ਕਰਕੇ ਇਹਨਾਂ ਦੀ ਸੰਭਾਲ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਤੁਸੀਂ ਹੈਪੀ ਸੀਡ ਦੀ ਗੱਲ ਕਰੀਏ ਹੈਪੀ ਸੀਡ ਦੀ ਇੱਕ ਡ੍ਰਿਲ ਆ ਜੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਜ਼ੀਰੋ ਡ੍ਰਿਲ ਦੀ ਸੰਭਾਲ ਕਰਦੇ ਆ ਰਹੇ ਹੋ ਜਦੋਂ ਹੀ ਜੀ ਬਜਾਈ ਦਾ ਕੰਮ ਖਤਮ ਹੋ ਗਿਆ ਇਹਨੂੰ ਧੋ ਕੇ ਜਿਹੜਾ ਤੁਹਾਡੇ ਘਰਾਂ ਚ ਪੁਰਾਣਾ ਤੇਲ ਟ੍ਰੈਕਟਰ ਜੋ ਕੱਢਿਆ ਹੁੰਦਾ ਹੋਇਆ ਹੁੰਦਾ ਆ ਉਹ ਸਾਰਾ ਹੀ ਲਗਾ ਕੇ ਇਹਨੂੰ ਰੱਖ ਦੋ ਤਾਂ ਇਹ ਮਸ਼ੀਨ ਅਗਲੇ ਸਾਲ ਤੱਕ ਬਿਲਕੁਲ ਠੀਕ ਰਹਿੰਦੀ ਹੈ ਜੇਕਰ ਕੋਈ ਕੋਈ ਫਾਲਾ ਟੇਡਾ ਹੋ ਗਿਆ ਕੰਮ ਕਰਦੇ ਸਮੇਂ ਅਕਸਰ ਖੇਤਾਂ 'ਚ ਪ੍ਰੋਬਲਮ ਆ ਜਾਂਦੀ ਹੈ ਕੋਈ ਫਾਲਾ ਟੇਡਾ ਹੋ ਜਾਂਦਾ ਆ ਜਾਂ ਕੋਈ ਪਾਟ ਘਸ ਗਿਆ ਆ ਉਹ ਸਾਡੇ ਕਿਸਾਨ ਵੀਰਾਂ ਨੂੰ ਹੁਣੇ ਹੀ ਚਾਹੀਦਾ ਹੈ ਕਿ ਹੁਣ ਉਹਨਾਂ ਨੂੰ ਸਾਰਾ ਕੁਝ ਯਾਦ ਆ ਕਿ ਆਹ ਪੁਰਜੇ ਦਾ ਆਹ 빙ਗਾ ਹੋ ਗਿਆ ਆਹ ਘਸ ਗਿਆ ਆ ਤੇ ਇਹਨੂੰ ਹੁਣੇ ਹੀ ਬਦਲਾ ਬਦਲਾ ਦੇਣੀ ਚਾਹੀਦਾ ਹੈ ਹੈਪੀ ਸੀਡਰ ਦੇ ਜਿਹੜੇ ਬਲੇਡ ਹੁੰਦੇ ਆ ਉਹ ਤਕਰੀਬਨ 120 130 ਏਕੜ ਚੱਲ ਕੇ ਘਸ ਜਾਂਦੇ ਆ ਉਹਨਾਂ ਨੂੰ ਬਦਲਾਨਾ ਚਾਹੀਦਾ ਜੀ ਤਾਂ ਜੋ ਅਗਲੇ ਸੀਜ਼ਨ ਤੇ ਜਾ ਕੇ ਉਹਨਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਤੋਂ ਉਹਨਾਂ ਦੀ ਮਸ਼ੀਨ ਚੱਲਦੀ ਹੋ ਸਕੇ ਆਮ ਕਿਸਾਨ ਵੀਰ ਕੀ ਕਰਦੇ ਆ ਆਪਣਾ ਕੰਮ ਕਰਕੇ ਬਜਾਈ ਕਰਨ ਤੋਂ ਬਾਅਦ ਖਾਦ ਤੇ ਕਣਕ ਵਿੱਚੇ ਪਈ ਰਹਿਣ ਦਿੰਦੇ ਆ ਤੇ ਰਾਮ ਨਾਲ ਮਸ਼ੀਨ ਖੜੀ ਕਰ ਦਿੰਦੇ ਆ ਉਹ ਹੁੰਦਾ ਕੀ ਆ ਜਿੱਥੇ ਯੂਰੀਆ ਜਾਂ ਡੀਪੀ ਖਾਦ ਖਾਦ ਆਪਣੇ ਪਸਤੋਲਾਂ ਦੇ ਵਿੱਚ ਪਈ ਰਹੀਗੀ ਉਹ ਜਦੋਂ ਉਹਨਾਂ ਨੇ ਮੌਸਮ ਲੈਣਾ ਹੈ ਉਹ ਖਾਦ ਨੇ ਫੁੱਲਣਾ ਤੁਹਾਡੇ ਪਿਸਤੌਲ ਵੀ ਜਾਮ ਕਰਦੇ ਨੇ ਆ। ਤੋਂ ਅਗਲੇ ਸਾਲ ਬਰਤਨ ਜੋਗ ਨਹੀਂ ਰਹਿਣੇ। ਤੋਂ ਖੜੇ ਖੜੇ ਹੀ ਤੁਹਾਡਾ ਖਰਚਾ ਜਿਹੜਾ ਹੈਗਾ ਇੱਕ ਮਸ਼ੀਨ ਦਾ 10-15 ਜਿਆਦਾ ਖਰਚਾ ਪੈ ਜਾਂਦਾ ਹੈ। ਤੇ ਹੁਣ ਕਿਸਾਨ ਵੀਰ ਨੂੰ ਇਹ ਚਾਹੀਦਾ ਹੈ ਕਿ ਜਿੰਨੀ ਵੀ ਮਸ਼ੀਨਰੀ ਹੈਗੀ ਆ ਉਹਨੂੰ ਧੋ ਕੇ ਤੇਲ ਲਾ ਕੇ ਰੱਖ ਲਓ ਤਾਂ ਜੋ ਅਗਲੇ ਸਾਲ ਤੱਕ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ। ਗੱਲ ਇਹ ਕਿ ਛੋਟੇ ਛੋਟੇ ਨੁਕਤੇ ਨੇ। ਧਿਆਨ ਦੇਣ ਦੀ ਲੋੜ ਹੈ ਜੇ ਅਸੀਂ ਨਹੀਂ ਧਿਆਨ ਦੇਾਂਗੇ ਫਿਰ ਅਗਲੇ ਵਾਰੇ ਕੀ ਹੋਊ ਕਿ ਵੇਲੇ ਸਿਰ ਫਿਰ ਪਜਰਾ ਦੌੜਨਾ ਪਏਗਾ ਤੇ ਗੱਲ ਬੰਦ ਹੀ ਨਹੀਂ। ਅੱਛਾ ਹੁਣ ਜਿਹਨੇ ਜਗਦੀਸ਼ ਜੀ ਇੱਕ ਗੱਲ ਹੋਰ ਵੀ ਰਜ਼ਾਇਨ ਚਾਹੀ ਤੁਸੀਂ ਹੈਪੀ ਸੀਡ ਦਾ ਬੜਾ ਜ਼ਿਕਰ ਕੀਤਾ ਤੁਸੀਂ ਜ਼ੀਰੋ ਟਿਲ ਡਰਲ ਦਾ ਵੀ ਜ਼ਿਕਰ ਕੀਤਾ ਇਹਨਾਂ ਮਸ਼ੀਨਾਂ ਦੀ ਕੀ ਵਰਤੋਂ ਕਣਕ ਵਾਸਤੇ ਹੀ ਇਹ ਹੋਰ ਫਸਲਾਂ ਵਾਸਤੇ ਇਹਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਅਸੀਂ ਕਿਸੇ ਵੀ ਫਸਲ ਦੀ ਵਰਤੋਂ ਇਹਨਾਂ ਨੂੰ ਕਰ ਸਕਦੇ ਹਾਂ ਜਿਨ੍ਹਾਂ ਦੀ ਅਸੀਂ ਲਾਈਨਾਂ ਚ ਲਗਾਉਂਦੇ ਹਾਂ ਜਿੱਦਾਂ ਕਣਕ ਹੋ ਗਈ ਮਟਰ ਹੋ ਗਈ ਬਾਜਰਾ ਹੋ ਗਿਆ ਮੂੰਗੀ ਹੋ ਗਈ ਛੋਲੇ ਹੋ ਗਏ ਇਹਨਾਂ ਸਾਰਿਆਂ ਵਾਸਤੇ ਜਿੱਦਾਂ ਡਰਲ ਦੀ ਵਰਤੋਂ ਕਰਦੇ ਹਾਂ ਉਦਾਂ ਹੀ ਅਸੀਂ ਹੈਪੀ ਸੀਡਰ ਦੀ ਵਰਤੋਂ ਕਰ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਲਾਈਨਾਂ 'ਚ ਫਰਕ ਆ ਪੌਦੇ ਤੋਂ ਪੌਦੇ ਤੋਂ ਫਰਕ ਨਹੀਂ ਹੈਗਾ ਉਹ ਮਸ਼ੀਨਾਂ ਉਹ ਜਗ੍ਹਾ ਤੇ ਵਰਤੋਂ ਕਰ ਸਕਦੇ ਆ ਜੇ ਤੁਹਾਨੂੰ ਪਤਾ ਹੀ ਹੈ ਡਾਕਟਰ ਸਾਹਿਬ ਜਿਹੜਾ ਹੈਪੀ ਸੀਡਰ ਆ ਇਹ ਇੱਕ ਜ਼ੀਰੋ ਟਰਿਲ ਦਾ ਸੁਧਿਆ ਰੂਪ ਹੈਗਾ ਆ ਜਿਹਦੇ ਵਿੱਚ ਤੁਹਾਡੀ ਜਿਹੜੀ ਪਰਾਲੀ ਜਿੰਨੀ ਵੀ ਹੁੰਦੀ ਆ ਉਹ ਤੁਹਾਡੇ ਫਾਲਿਆਂ 'ਚ ਫਸਦੀ ਨਹੀਂਗੀ ਇਹਦੇ ਅੱਗੇ ਫਲੇਲ ਟੈਬਲੇਟ ਲੱਗੇ ਹੁੰਦੇ ਆ ਜਿਹੜੀ ਪਰਾਲੀ ਅੱਗੇ ਆਉਂਦੀ ਪਿੱਛੇ ਕਰ ਦਿੰਦੇ ਆ ਬਾਕੀ ਸਾਰੀ ਡ੍ਰਿਲ ਹੀ ਆ ਜੀ ਇਸ ਕਰਕੇ ਜਿੱਥੇ ਵੀ ਤੁਸੀਂ ਡ੍ਰਿਲ ਦੀ ਚਾਹੇ ਬਾਜਰਾ ਬੀਜਣ ਕਰਦੇ ਹੋ ਬਜਾਈ ਜਿਹੜੇ ਗਾਚਾ ਵਿਜਨ ਨੂੰ ਵਿਜੈ ਕਰਦੇ ਹੋ ਉੱਥੇ ਤੁਸੀਂ ਹੈਪੀ ਸੀਡਰ ਦੇ ਬੀਜ ਦੋਗੇ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਸਾਡੇ ਬਹੁਤ ਕਿਸਾਨਾਂ ਨੇ ਨਾ ਕਮਬਾਈਨਾ ਦੇ ਮਗਰ ਸੁਪਰ ਐਸਐਮਐਸ ਨੂੰ ਵੀ ਲਵਾਇਆ ਹੈ ਤੁਹਾਡੀਆਂ ਸਿਫਾਰਿਸ਼ਾਂ ਸਿਗੀਆਂ ਔਰ ਕਿਸਾਨਾਂ ਨੇ ਤੁਹਾਡੀਆਂ ਸਿਫਾਰਿਸ਼ਾਂ ਨੂੰ ਮੰਨਿਆ ਹੈ ਐਸਐਮਐਸ ਸਿਸਟਮ ਜਾਂ ਸੁਪਰ ਐਸਐਮਐਸ ਸਿਸਟਮ ਤੁਸੀਂ ਸਬਸਿਡੀ ਵੀ ਦਿੱਤੀ ਹੈ ਉਹਨਾਂ ਕਮਬਾਈਨ ਜਿਹੜੇ অপারেਟਰ ਨੇ ਉਹਨਾਂ ਨੇ ਬਾਅਦ ਚ ਦੇਖੋ ਹਣ ਕਣਕ ਦੀ ਅਗਾਵਾੜੀ ਵੀ ਕਰਨੀ ਹੈ ਹਾਂਜੀ ਹਾਂਜੀ ਸੋ ਗੱਲ ਇਹ ਹੈ ਕਿ ਉਹਨਾਂ ਵਾਸਤੇ ਖਾਸ ਸੁਨੇਹੇ ਤਾਂ ਕਿ ਐਸਐਮਐਸ ਵੀ ਬਚਾ ਰਹੇ ਤੇ ਅਗਲੇ ਵਾਰ ਵੀ ਕੰਮ ਆ ਜਵੇ ਸੋ ਇਹ ਸਾਰੀਆਂ ਗੱਲਾਂ ਦੇਖੋ ਸਾਰੀਆਂ ਕੜੀਆਂ ਨਾਲ ਕੜੀ ਜੁੜੀ ਹੈ ਜੇ ਅਸੀਂ ਹੁਣ ਬੇਸਲੀ ਹੋ ਗਏ ਤੇ ਫਿਰ ਨਾ ਹੋਵੇ ਵੇਲੇ ਸਰ ਜਾ ਕੇ ਮੇਰੇ ਬਾਜਾ ਮਾਰਦੇ ਫਰੀਏ ਕੀ ਕਰਨਾ ਚਾਹੀਦਾ ਉਹਨਾਂ ਨੂੰ ਜਿਹੜੇ ਸਾਡੇ ਵੀ ਕਿਸਾਨ ਕੰਬਾਈਨ ਨਾਲੇ ਭਰਾ ਹੈਗੇ ਆ ਉਹਨਾਂ ਨੇ ਝੋਨੇ ਦੇ ਪਰਾਲੀ ਨੂੰ ਤਾਂ ਉਹਨਾਂ ਨੇ ਕੁੱਤਰ ਦਿੱਤਾ ਪਰ ਕਣਕ ਨੂੰ ਤਾਂ ਨਾੜ ਨੂੰ ਕੋਤ ਨਹੀਂ ਸਕਦੇ ਸਭ ਨੇ ਤੂੜੀ ਬਣਾਉਣੀ ਹੈ ਜੀ ਇਸ ਲਈ ਉਹਨਾਂ ਵੀਰਾਂ ਨੂੰ ਇਹੀ ਬੇਨਤੀ ਹੈਗੀ ਆ ਜੇ ਉਹਨਾਂ ਦੇ ਸਿਸਟਮ 'ਚ ਲੱਗਾ ਹੋਇਆ ਬਾਈਪਾਸ ਕਰਨ ਦਾ ਤਾਂ ਬਾਈਪਾਸ ਕਰ ਦੇਣ ਨਹੀਂ ਤਾਂ ਜੇ ਸਾਦੇ ਸਿਸਟਮ ਲੱਗੇ ਹੋਏ ਆ ਸੁਪਰ ਐਸਐਮਐਸ ਉਹਨਾਂ ਨੂੰ ਉਤਾਰ ਕੇ ਅੰਦਰ ਸਾਮ ਕੇ ਰੱਖ ਲਓ ਤਾਂ ਜੋ ਤੁਸੀਂ ਕਣਕ ਦਾ ਸੀਜ਼ਨ ਲਾਉਣ ਤੋਂ ਬਾਅਦ ਉਹਨੂੰ ਸੰਭਾਲ ਲਿਆ ਹੋਊਗਾ ਤਾਂ ਇਹ ਬਿਨਾਂ ਟੁੱਟ ਭੱਜ ਤੋਂ ਅਗਲੇ ਸੀਜ਼ਨ ਤੇ ਫੇਰ ਲਗਾ ਲੋਗੇ ਤੁਹਾਨੂੰ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਮਹਿਸੂਸ ਹੋਊਗੀ ਨਹੀਂ ਤਾਂ ਜੀ ਇੱਕ ਵਾਰ ਮਿਸਤੀ ਕੋ ਕੰਬਾਈਨ ਲੈ ਜਾਓ ਕੰਬਾਈਨ ਆਪਰੇਟਰ ਦਾ ਖਰਚਾ ਵੱਖਰਾ ਆਉਣ ਜਾਣ ਦਾ ਖਰਚਾ ਵੱਖਰਾ ਅਸੀਂ 20-25000 ਖੁੱਲ ਜਾਂਦਾ ਜੀ ਤੇ ਇਸ ਕਰਕੇ ਵੀਰਾਂ ਨੂੰ ਬੇਨਤੀ ਇਹੀ ਹੈ ਕਿ ਹੁਣ ਸਿਰ ਨਟ ਲੱਗਣੇ ਆ ਨਟ ਲੱਗੇ ਹੋਏ ਨਟ ਲੱਗੇ ਤਾਂ ਬੈਲਟਾਂ ਖੋਲੋ ਤੇ ਉਹਨੂੰ ਸੰਭਾਲ ਕੇ ਰੱਖ ਲਓ ਤਾਂ ਜੋ ਅਗਲੇ ਸਾਲ ਜਦੋਂ ਆਪਣੇ ਝੋਨੇ ਦੀ ਕਟਾਈ ਦਾ ਸੀਜ਼ਨ ਆਵੇ ਫਿਰ ਵਰਤੋਂ ਕਰ ਸਕੋ ਇੰਜੀਨੀਅਰ ਜਗਦੀਸ਼ ਜੀ ਜਦੋਂ ਅਸੀਂ ਗੱਲ ਕਰਨੇ ਆ ਟਰੈਕਟਰ ਦੀ ਹਾਂਜੀ ਪੰਜਾਬ ਚ ਟਰੈਕਟਰ ਬਹੁਤ ਨੇ ਹਾਂਜੀ ਡੀਜ਼ਲ ਇੰਜਨ ਬਹੁਤ ਨੇ ਹਾਂਜੀ ਤੇ ਇਹਨਾਂ ਦੇ ਵੀ ਰੱਖ-ਰਖਾਓ ਜਿਹੜਾ ਕਰਨਾ ਬੜਾ ਲਾਜ਼ਮੀ ਮੌਸਮ ਦੇਖੋ ਠੰਡਾ ਰਚਲਣ ਦੇ ਹੈ ਬਾਅਦ ਆਪਾਂ ਦੇਖੋ ਅਗਲੀ ਫਸਲ ਦੀ ਕਾਸ਼ੀ ਵੀ ਕਰਨੀ ਹੈ ਟਰੈਕਟਰ ਦੀ ਲੋੜ ਤਾਂ ਕਿਸਾਨ ਨੂੰ ਹਮੇਸ਼ਾ ਰਹਿੰਦੀ ਰਹਿੰਦੀ ਹੈ ਸੋ ਖਾਸ ਛੋਟੇ ਛੋਟੇ ਨੁਕਤੇ ਜਿਹੜੇ ਕਿ ਤੁਸੀਂ ਸਮਝੋ ਬਹੁਤ ਜ਼ਰੂਰ ਜ਼ਰੂਰੀ ਨੇ ਜਿਨ੍ਹਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਹੈ ਅੱਗੇ ਕਿਸਾਨ ਕੀ ਕਰਦਾ ਸੀ ਜੀ ਆਪਣੇ ਖੇਤ ਨੂੰ ਇੱਕ ਕਣਕ ਬੀਜਣ ਨੂੰ ਖੇਤ ਵਿੱਚ ਟਰੈਕਟਰ ਚਾਰ ਵਾਰ ਜਾਂਦਾ ਸੀਗਾ ਜੀ ਚਾਰ ਵਾਰ ਜਾਂਦਾ ਸੀਗਾ ਪਰ ਇਸ ਵਾਰ ਉਹ ਹੈਪੀ ਸੀਡਰ ਨਾਲ ਇੱਕ ਵਾਰ ਹੀ ਗਿਆ ਜੀ ਉਹ ਟਰੈਕਟਰ ਦੀ ਅਗਲੇ ਸੀਜ਼ਨ ਤੋਂ ਬਾਅਦ ਹਮੇਸ਼ਾ ਹੀ ਹੁੰਦਾ ਸੀ ਕਿਸਾਨ ਵੀਰ ਵੀ ਕਰਦੇ ਸੀਗੇ ਸੀਜ਼ਨ ਤੇ ਚੱਲਦਾ ਸੀ ਇਹ ਟਰੈਕਟਰ ਜੋਰ ਨਾਲ ਚੱਲ ਕੇ ਸੀਜ਼ਨ ਤੋਂ ਬਾਅਦ ਸਰਵਿਸ ਕਰਾਉਂਦੇ ਸੀਗੇ ਹੁਣ ਬਹੁਤੇ ਕਿਸਾਨ ਵੀਰਾਂ ਦੇ ਮਨ 'ਚ ਇਹ ਆ ਗਿਆ ਯਾਰ ਟਰੈਕਟਰ ਤਾਂ ਚੱਲਿਆ ਨਹੀਂਗਾ 300 ਘੰਟੇ ਵਿੱਚ ਚੱਲਿਆ ਤਾਂ ਸਰਵਿਸ ਕਰਾਉਣ ਦੀ ਲੋੜ ਨਹੀਂ ਹੈਗੀ ਕਿਸਾਨ ਵੀਰੋ ਤੁਹਾਡੀ ਗੱਲ ਇੱਕ ਹੱਦ ਤੱਕ ਜਾਇਜ਼ ਆ ਟਰੈਕਟਰ ਚੱਲਿਆ ਨਹੀਂ ਹੈਗਾ ਸਰਵਿਸ ਨਹੀਂ ਕਰਾਉਣੀ ਚਾਹੀਦੀ ਪਰ ਜਦੋਂ ਵੀ ਕੋਈ ਟਰੈਕਟਰ ਲੈਂਦੇ ਹੋ ਉੱਤੇ ਦੋ ਗੱਲਾਂ ਲਿਖੀਆਂ ਹੁੰਦੀਆਂ ਜੀ ਘੱਟੋ ਘੱਟ ਇੰਨੇ ਘੰਟੇ ਸਰਵਿਸ ਜਾਂ ਇੰਨਾ ਟਾਈਮ ਤੁਹਾਡਾ ਜਿਹੜਾ ਤੇਲ ਪਾਇਆ ਹੁੰਦਾ ਆ ਉਹ ਇੱਕ ਸਮੇਂ ਬਾਅਦ ਖਰਾਬ ਹੋਣ ਲੱਪੰਦਾ ਹੈ ਜਦੋਂ ਗਰਮ ਹੋ ਜਾਂਦਾ ਹੈ ਇਸ ਕਰਕੇ ਜੇਕਰ ਤੁਹਾਡੇ ਟਰੈਕਟਰ ਦੇ 3 ਮਹੀਨੇ ਜਾਂ ਟਾਈਮ ਹੋ ਗਿਆ ਤੁਸੀਂ ਇਹ ਬਿਲ ਟਾਈਮ ਦੇ ਵਿੱਚ ਅਗਲੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਟਰੈਕਟਰ ਦੀ ਸਰਵਿਸ ਕਰਵਾ ਲੈਣੀ ਹੈ ਜੀ ਤਾਂ ਜੋ ਤੁਹਾਨੂੰ ਅਗਲੇ ਝੋਨੇ ਦੀ ਬਜਾਈ ਵਿੱਚ ਕਦੂ ਕਰਨ ਵੇਲੇ ਕੋਈ ਸਮੇਂ ਤੇ ਭੱਜਣਾ ਨਾ ਪਵੇ ਦਿੱਕਤ ਨਾ ਆਵੇ ਜੀ ਸੋ ਇੰਜੀਨੀਅਰ ਜਗਦੀਸ਼ ਸਿੰਘ ਜੀ ਤੁਸੀਂ ਖੇਤੀਬਾੜੀ ਇੰਜੀਨੀਅਰ ਹੋ ਔਰ ਬਤੌਰ ਮਾਹਿਰ ਮੈਂ ਸਮਝਣਾ ਕਿ ਇੱਕ ਬੜੀ ਹਿੰਮਤ ਅਪਨ ਜਾਣਕਾਰੀ ਤੁਹਾਡੇ ਕੋਲ ਲੈਣੀ ਸਾਡੀ ਬੰਦੀ ਹੈ ਕਿ ਪੰਜਾਬ ਸੂਬੇ ਚ ਖੇਤੀ ਮਸ਼ੀਨਰੀ ਸੇਵਾ ਸੈਂਟਰ ਵੀ ਬਥੇਰੇ ਬੜੇ ਨੇ ਸਹਿਕਾਰੀ ਸਭਾਵਾਂ ਦੇ ਵਿੱਚ ਵੀ ਤੁਸੀਂ ਮਸ਼ੀਨਾ ਜੜੀਆਂ ਵਕਕ ਸਕੀਮਾ ਤਹਿਤ ਚਾਹੇ ਝੋਨੇ ਦੀ ਪ੍ਰਾਲ ਦੀ ਸੰਭਾਲ ਲੈ ਚੱਕਣਕ ਦੀ ਨਾੜ ਦੀ ਸੰਭਾਲ ਦੀ ਗੱਲ ਕਰਨੇ ਆਪਾਂ ਉਹ ਤੁਸੀਂ ਦਿੱਤੀਆਂ ਹੁਣ ਗੱਲ ਹੈ ਕਿ ਜਦੋਂ ਜ਼ਿਆਦਾ ਮਸ਼ੀਨਾ ਹੋਣ ਤੇ ਸਾਂਝੀ ਭਾਈਵਾਲੀ ਹੋਵੇ ਫਿਰ ਕਈ ਵਾਰੀ ਨਾ ਬੰਦਾ ਕਹਿੰਦਾ ਜੇ ਇਹ ਕੰਮ ਉਹ ਕਰੇ ਜਾਂ ਇਹ ਕੰਮ ਇਹ ਕਰੇ ਕਈ ਵਾਰੀ ਕੀ ਹੁੰਦਾ ਹੈ ਕਿ ਜੇ ਮਸ਼ੀਨਰੀ ਸੇਵਾ ਸੈਂਟਰ ਬਣਾ ਲਿਆ ਹੈ ਤੇ ਸਾਡੇ ਕੋਲ ਸ਼ੈੱਡ ਨਹੀਂ ਹੈਗਾ ਮਸ਼ੀਨਾਂ ਤੁਰਿਆ ਬਾਧੂ ਬਾਹਰ ਹੀ ਪਈਆਂ ਹੋਈਆਂ ਉਹਦਾ ਵੀ ਨੁਕਸਾਨ ਹੋਣ ਦੀ ਸੰਭਾਵਨਾ ਬੰਦੀ ਹੈ ਅਜੇ ਕਿਸਾਨ ਵੀਰਾਂ ਨੂੰ ਪੈਣਾ ਨੂੰ ਜਿਨ੍ਹਾਂ ਨੇ ਮਸ਼ੀਨਰੀ ਸੇਵਾ ਸੈਂਟਰ ਬਣਾਏ ਨੇ ਜਾਸ ਸਕਾਰੀ ਸੁਭਾਵਾਂ ਜੁ ਮਸ਼ੀਨਾ ਰੱਖੀਆਂ ਉਹਨਾਂ ਵਾਸਤੇ ਖਾਸ ਨੁਕਤੇ ਕੋਈ ਮੇਰੀ ਸਮੂਹ ਕਿਸਾਨ ਭਰਾਵਾਂ ਨੂੰ ਇਹ ਹੀ ਬੇਨਤੀ ਹੈ ਜੀ ਲੱਖਾਂ ਰੁਪਏ ਦੀ ਮਸ਼ੀਨਰੀ ਆ ਇਹਨੂੰ ਅਸੀਂ ਅਵੇ ਅਵੇ ਆਵੀ ਨਹੀਂ ਜਾਣ ਦੇਣਾ ਅਸੀਂ ਇਹਨੂੰ ਸ਼ੈੱਡ ਥੱਲੇ ਪ੍ਰੋਪਰ ਤੇਲ ਲਗਾ ਕੇ ਸੰਭਾਲ ਕੇ ਰੱਖਣਾ ਆ ਜੇ ਅਸੀਂ ਤੁਸੀਂ ਖੁੱਲੇ ਚ ਰੱਖਾਂਗੇ ਮੀਂਹ ਕਣੀ ਪਊਗੀ ਧੁੱਪ ਪਊਗਾ ਤੇ ਹਰ ਚੀਜ਼ ਜਿਹੜੀ ਹੈਗੀਆਂ ਅੱਜ ਕੱਲ ਹਾਈਡਰੋਲਿਕ ਹੈਗਾ ਜਾਂ ਸਿਸਟਮ ਹੈਗਾ ਜਾਂ ਬੈਲਟਾਂ ਹੈਗੀਆਂ ਧੁੱਪ ਨਾਲ ਸਮੇਂ ਨਾਲ ਬੈਲਟ ਨਾਲ ਠੰਡ ਨਾਲ ਹਰ ਚੀਜ਼ ਖਰਾਬ ਹੁੰਦੀ ਹੈ ਜੀ ਫਿਰ ਅਸੀਂ ਕਹਾਂਗੇ ਕਿ ਕੁਆਲਿਟੀ ਮਾੜੀ ਹੈ ਕੁਆਲਿਟੀ ਮਾੜੀ ਕੋਈ ਨਹੀਂ ਸਿਰਫ ਸਾਡੀ ਸੰਭਾਲ ਹੈਗੀ ਆ ਅਸੀਂ ਸੰਭਾਲ ਹੀ ਕਰਾਂਗੇ ਚਾਹੇ ਜਿਸ ਤਰ੍ਹਾਂ ਅਸੀਂ ਇੱਕ ਕੱਪੜੇ ਹੁੰਦੇ ਆ ਅਸੀਂ ਇੱਕ 2 ਲੱਖ ਦੀ ਗੱਡੀ ਲੈ ਲੈਂਦੇ ਉਹਨੂੰ ਮਿਸ਼ਨ ਅੰਦਰ ਕਰੀ ਕਰਦੇ ਆ ਅਸੀਂ ਚਾਚਾ 7-7 ਲੱਖ ਦੇ 10-10 ਲੱਖ ਦੇ ਟਰੈਕਟਰ ਲਏ ਆ 3-3 ਲੱਖ ਦੇ ਪਲੌ ਲਏ ਆ 1.5-1.5 ਲੱਖ ਤੋਂ ਲੱਗੇ ਪਰ 2-2 ਲੱਖ ਦੇ ਹੈਪੀ ਸੀਟਰ ਲਏ ਆ ਅਸੀਂ ਉਹਨਾਂ ਨੂੰ ਬਾਹਰ ਨਹੀਂ ਖੜੇ ਕਰਨਾ ਇਹ ਤਾਂ ਮੇਰੀ ਕਿਸਾਨ ਸਮੂਹ ਕਿਸਾਨ ਭਰਾਵਾਂ ਨੂੰ ਪੁਰਜੋ ਰਪੀਲਾ ਕਿ ਸਾਰੀ ਮਸ਼ੀਨਰੀ ਨੂੰ ਸਾਮ ਕੇ ਅੰਦਰ ਰੱਖਣਾ ਆ ਹਾਂ ਜਿੰਨਾ ਚਿਰ ਚੱਲਦੀ ਆ ਉਨਾਂ ਚਿਰ ਕੋਈ ਦਿੱਕਤ ਨਹੀਂ ਜਦੋਂ ਕਾਫੀ ਦਿਨ ਮਹੀਨਾ ਬਾਅਦ ਬੱਧੀ ਖੜੀ ਕਰ ਦਿੰਦੇ ਇੱਕ ਜਗ੍ਹਾ ਤੇ ਉਹ ਮਸ਼ੀਨ ਹੌਲੀ ਹੌਲੀ ਸਾਰਾ ਕੁਝ ਜਾਮ ਹੋਣ ਲੱਪਾਂਦਾ ਜੀ ਸੋ ਗੱਲ ਹੈ ਕਿ ਆਪਣੀ ਜ਼ਿੰਮੇਵਾਰੀ ਇੱਕ ਦੂਜੇ ਤੇ ਆਪਾਂ ਨਾ ਸੁੱਟੀਏ ਜਦੋਂ ਸਮੂਹ ਹੁੰਦਾ ਨਾ ਕਈ ਵਾਰੀ ਆਪਾਂ ਕਹਿੰਨੇ ਆ ਕਿ ਲੋ ਜੀ ਇਹ ਕੰਮ ਫਲਾਣਾ ਕਰੋ ਮੈਂ ਕਿਉਂ ਕਰਾਂ ਸੋ ਆਪਣੀ ਸਾਂਝੀ ਜ਼ਿੰਮੇਵਾਰੀ ਸਮਝਦੇ ਹੋਏ ਇਹਨਾਂ ਮਸ਼ੀਨਾਂ ਨੂੰ ਸੰਭਾਲੀਏ ਤਾਂ ਕਿ ਅਗਲੇ ਵਰੇ ਸਾਡੇ ਕੰਮ ਆਉਣ ਜੋਗੀਆਂ ਇਹ ਹੋਣ ਜਗਦੀਸ਼ ਸਿੰਘ ਜੀ ਹੁਣ ਇੱਕ ਗੱਲ ਹੋਰ ਬੜੀ ਵਾਜ਼ਹ ਹੋਏ ਕਿ ਦੇਖੋ ਇਹ ਜਿਹੜਾ ਕੰਮ ਹੈ ਇਹ ਨਿਰੰਤਰ ਚਰਿਆ ਰਹਿੰਦਾ ਔਰ ਕਿਸਾਨਾਂ ਨੇ ਹੈਪੀ ਸੀਡਰ ਨਾਲ ਬੀਜੀ ਕਰਨ ਕੀ ਵੇਖੀ ਹੋਏਗੀ ਕਿਸਾਨਾਂ ਨੇ ਝੋਨੇ ਦੇ ਪਰਾਲੀ ਨੂੰ ਜ਼ਮੀਨ ਚ ਵਾਹਣ ਤੋਂ ਬਾਅਦ ਫਸਲ ਦਾ ਰੰਗ ਰੂਪ ਵੀ ਵੇਖਿਆ ਹੋਏਗਾ ਤੇ ਕਾਫੀ ਕਿਸਾਨਾਂ ਚ ਉਤਸ਼ਾਹ ਜਾਗਿਆ ਹੈ ਕਿਸਾਨਾਂ ਦਾ ਮਨ ਬੰਦ ਹੈ ਕਿ ਮਸ਼ੀਨਾ ਹੋਰ ਲੈਣ ਹੈਪੀ ਸੀਡਰ ਹੋਰ ਲੈਣ ਜਾਂ ਹੋਰ ਮਸ਼ੀਨਾ ਕੋ ਕਣਕ ਦੀ ਜਖੋ ਗੋਵਾੜੀ ਕਰਨੀ ਉਹਦੇ ਵਾਸਤੇ ਮਸ਼ੀਨਰੀ ਜ਼ਰੂਰ ਤਾਂ ਗਈ ਹੈ ਸੋ ਤੁਸੀਂ ਮਹਿਕਮਾ ਜ਼ਰਾਤ ਔਰ ਕਿਸਾਨ ਭਲਾਈ ਵਿਭਾਗ ਚ ਕੰਮ ਕਰਨ ਦੇ ਹੋ ਕਿਹੜੀ ਕਿਹੜੀਆਂ ਸਹੂਲਤਾਂ ਨੇੜੇ ਭੇਖੇ ਤੁਸੀਂ ਕਿਸਾਨਾਂ ਨੂੰ ਦੇ ਰਹੇ ਹੋ ਤਾਂ ਕਿ ਕਿਸਾਨ ਜਿਹੜੇ ਨੇ ਇਹਨਾਂ ਮਸ਼ੀਨਾਂ ਨੂੰ ਪ੍ਰਾਪਤ ਕਰਕੇ ਤੇ ਆਪਣੀ ਖੇਤੀ ਨੂੰ ਹੋਰ ਸਵਾਰਟ ਸਕਣ ਸ਼ਿੰਗਾਰ ਸਕਣ ਇਸ ਸਾਲ ਵੀ ਪੰਜਾਬ ਦੇ ਕਿਸਾਨਾਂ ਨੇ ਇੰਨਾ ਉਤਸ਼ਾਹ ਬਣਾਇਆ ਕੀਤਾ ਜੀ ਜਿਹਦੇ ਵਿੱਚ ਸਾਡੇ ਕੋਲ ਗਰੁੱਪਸ ਵੀ ਬਹੁਤ ਸਟੈਬਲਿਸ਼ ਹੋਏ ਆ ਸਸੀ ਆਪ ਕਹਿੰਦੇ ਆ ਕਿ ਜਿਹੜੇ ਗਰੁੱਪਸ ਹੈਗੇ ਆ ਉਹ ਕੰਮ ਕਰਨ ਕਿਉਂਕਿ ਗਰੁੱਪਸ ਦੀ ਮਸ਼ੀਨਰੀ ਹੈਗੀ ਆ ਉਹ ਜ਼ਿਆਦਾ ਪਰਤੋਂ ਚੁੰਦੀ ਆ ਜੀ ਉਹ ਕਿਰਾਏ ਤੇ ਕੰਮ ਕਰਦੇ ਆ ਇਸ ਕਰਕੇ ਗਰੁੱਪਾਂ ਵਾਲਿਆਂ ਨੂੰ ਅਸੀਂ ਜਿਹੜੀ ਆ ਪੂਰੀ ਸਟਾਰ ਮੰਜਣ ਮਸ਼ੀਨਰੀ ਆ ਇਸ ਤੇ ਸਬਸਿਡੀ ਵੀ 80% ਤੱਕ ਦਿੱਤੀ ਆ ਜੀ ਤੇ ਇੰਡੀਵਿਜੂਅਲ ਕਿਸਾਨ ਨੂੰ ਅਸੀਂ 50% ਤੱਕ ਸਬਸਿਡੀ ਦਿੱਤੀ ਆ ਭਵਿਕ ਵਿੱਚ ਅਗਲੇ ਸਾਲ ਦੇ ਵਿੱਚ ਅਸੀਂ ਮਾਰਚ ਤੋਂ ਬਾਅਦ ਇਸ ਸਕੀਮ ਦੁਆਰਾ ਫੇਰ ਲਾਗੂ ਕਰਨ ਲਿਆ ਰਹੇ ਆ ਤਾਂ ਜੋ ਹਰ ਕਿਸਾਨ ਨੂੰ ਸਮੇਂ ਸਿਰ ਮਸ਼ੀਨਰੀ ਮਿਲ ਸਕੇ ਫਿਰ ਵੀ ਆਪਾਂ ਕਿਸਾਨ ਵੀਰਾਂ ਨੂੰ ਇਹ ਜ਼ਰੂਰ ਬੇਨਤੀ ਕਰਦੇ ਆ ਕਿ ਤੁਸੀਂ ਇੱਕ ਆਪਣੀ ਪਲੈਨਿੰਗ ਵੇਲੇ ਸਮੇਂ ਕਰ ਲਓ ਅੱਗੇ ਕੀ ਕਰਨਾ ਹੈ ਸਾਡੇ ਤਾਂ ਅਸੀਂ ਤਾਂ ਇਹ ਕਹਿੰਦੇ ਆ ਕਿ ਜੇਕਰ ਤੁਸੀਂ ਹੈਪੀ ਸੀਡਰ ਨਾਲ ਬਜਾਈ ਕਰਨੀ ਆ ਤਾਂ ਤੁਸੀਂ ਝੋਨੇ ਦੀ ਬਜਾਈ ਕਰਨ ਵੇਲੇ ਹੀ ਸੋਚ ਲਓ ਉਸੇ ਸਮੇਂ ਹੀ ਲੇਜ਼ਰ ਲੈਵਲ ਕਰਾ ਲਓ ਉਸ ਤੋਂ ਬਾਅਦ ਤੁਹਾਨੂੰ ਟਾਈਮ ਨਹੀਂ ਮਿਲਣਾ ਜੀ ਲੇਜ਼ਰ ਲੈਵਲ ਕਰਾਉਣ ਤੋਂ ਬਾਅਦ ਤੁਸੀਂ ਕਿਾਰੇ ਵੀ ਓਡੇ ਓਡੇ ਹੀ ਪਾਉਣੇ ਆ ਜਿੱਡੇ ਸਾਨੂੰ ਅੱਗੇ ਦੁਆਰਾ ਖੇੜਾ ਨੂੰ ਛੇੜਣਾ ਪਵੇ ਤੇ ਸਿਰਫ ਤੇ ਸਿਰ ਕੰਬਾਈਨ ਚਲਾਈਏ ਕੰਬਾਈਨ ਬਾਹਰ ਹੈਪੀ ਸੀਡਰ ਨਾਲ ਬਜਾਈ ਕਰਕੇ ਸਾਡਾ ਇੱਕੋ ਦਿਨ ਸੀ ਕੰਮ ਖਤਮ ਹੋ ਜਾਏਗੀ। ਇਹ ਇੱਕ ਇਹ ਟੈਕਨੀਕ ਜਿਹੜੀ ਹੈਗੀ ਆ ਸਮਾਂ ਬਚਣ ਦੀ ਆਪਾਂ ਇੱਕ ਪਲੈਨਿੰਗ ਪਹਿਲਾਂ ਕਰਨੀ ਪਾਉਗੀ ਫਿਰ ਹੀ ਆਪਾਂ ਵਧੀਆ ਤਰੀਕੇ ਨਾਲ ਕਾਮਜਾਬ ਤੇ ਪੈਸੇ ਬਚਾ ਸਕਦੇ ਆ। ਜਦੋਂ ਅਸੀਂ ਮੌਕੇ ਤੇ ਆ ਕੇ ਕੰਮ ਕਰਦੇ ਆ ਸਾਨੂੰ ਮਸ਼ੀਨਾਂ ਵੀ ਚੰਗੀਆਂ ਨਹੀਂ ਮਿਲਦੀਆਂ ਜੀ। ਕੁਝ ਵੀ ਦਿੱਕਤ ਆ ਸਕਦੀ ਹੈ ਤਤਪੜਤੇ ਕੰਮਾਂ ਚ ਕੋਈ ਫਾਇਦਾ ਤਾਂ ਹੁੰਦਾ ਨਹੀਂ ਕਿਸਾਨ ਵੀਰੋ ਇਸ ਕਰਕੇ ਤੁਸੀਂ ਹੁਣ ਤੋਂ ਹੀ ਸੋਚਣਾ ਸ਼ੁਰੂ ਕਰੋ ਕਿ ਮੈਂ ਕਿਹੜੀ ਮਸ਼ੀਨ ਲੈਣੀ ਹੈ ਤੇ ਆ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਇੱਕ ਕਰਦਾ ਹਾਂ ਜਿਨ੍ਹਾਂ ਕਿਸਾਨ ਵੀਰਾਂ ਨੇ ਇਸ ਸਾਲ ਕਿਸੇ ਕਾਰਨ ਕਰਕੇ ਹੈਪੀ ਸੀਡਰ ਨਾਲ ਬਜਾਈ ਨਹੀਂ ਕਰ ਸਕੇ ਉਹਨਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਜੇ ਵੀ ਤੁਹਾਡੇ ਆਂਡ ਗਵਾਨ ਦੇ ਵਿੱਚ ਜਿਸ ਨੇ ਵੀ ਹੈਪੀ ਸੀਡਰ ਨਾਲ ਬਜਾਈ ਕੀਤੀ ਹੋਈ ਹੈਗੀ ਹੈ ਤਾਂ ਉਹ ਖੇਤਾਂ ਨੂੰ ਦੇਖਣ ਉਹਨਾਂ ਨੂੰ ਦੇਖਣ ਤਾਂ ਜੋ ਤੁਹਾਡੇ ਮਨ ਚ ਵੀ ਉਤਸ਼ਾਹ ਆਵੇ ਕਿ ਉੱਥੇ ਇੰਨੇ ਪਹਿ ਕਟ ਬਜਾਈ ਦੇ ਕਰਨ ਦੇ ਆਮ ਸਾਡੀ ਬਜਾਈ ਬਾਕੇ ਬਜਾਈ ਕਰਨ ਤੇ ਇੱਕ ਕਿਲੇ ਤੇ ਕਟੋ ਘਟ 4000 ਤੋਂ 5000 ਰੁਪਿਆ ਖਰਚਾ ਆ ਜਾਂਦਾ ਜੀ ਤੇ ਹੈਪੀ ਸੀਡ ਨਾਲ ਬਜਾਈ ਕਰਨ ਤੇ ਖਰਚਾ ਸੜਾ ਹੀ 1500 ਤੋਂ ਲੈ ਕੇ 1800 ਰੁਪਏ ਤੱਕ ਕਰਾਇਤੇ ਮਿਲਦਾ ਜੀ ਕਿਉਂ ਨਾ ਆਪਾਂ ਇਸ ਤਰੀਕੇ ਨਾਲ ਕਰੀਏ ਤੁਸੀਂ ਇਸ ਵਾਰ ਉਹਨਾਂ ਨੂੰ ਦੇਖੋ ਉਹਨਾਂ ਦਾ ਝਾੜ ਨੋਟ ਕਰੋ ਜੇ ਝਾੜ ਵਧਿਆ ਆ ਜੇ ਉਹਨਾਂ ਤੇ ਵੀ ਆਪਣੇ ਨਦੀਨ ਵੀ ਘਟੂ ਗਏ ਆ ਦਵਾਈਆਂ ਦਾ ਖਰਚਾ ਵਧਿਆ ਟਰੈਕਟਰ ਦੀ ਸਰਵਿਸ ਦਾ ਖਰਚਾ ਵੀ ਘਟਿਆ ਆ ਤੇ ਆਪਾਂ ਅਗਲੇ ਸਾਲ ਬਿਨਾਂ ਕੋਈ ਸ਼ੰਕਾ ਤੋਂ ਇਹ ਟੈਕਨੀਕਾਂ ਨੂੰ ਅਪਣਾ ਕੇ ਅਸੀਂ ਆਪਣਾ ਖਰਚਾ ਬਚਾਈਏ ਬਿਲਕੁਲ ਜੀ ਗੱਲ ਇਹ ਹੈ ਕਿ ਜੇ ਸਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੈ ਕੋਈ ਸ਼ੁਭਾ ਹੈ ਤੇ ਬੜਾ ਵਧੀਆ ਮਾਹੌਲ ਹੈ ਆਪਣੇ ਆਲੇ ਦੁਆਲੇ ਕਿਤਨਾ ਕਿਤੇ ਪਿੰਡ 'ਚ ਜਾਂ ਲਾਗਲੇ ਪਿੰਡ 'ਚ ਕਿਤਨਾ ਕਿਤੇ ਅਜਿਹੇ ਕਿਸਾਨ ਜ਼ਰੂਰ ਹੈਗੇ ਨੇ ਜਿਨ੍ਹਾਂ ਨੇ ਪ੍ਰਾਣ ਨੂੰ ਜ਼ਮੀਨ ਚ ਵਾਇਆ ਤੇ ਆਪਾਂ ਉੱਥੇ ਜਾ ਕੇ ਕਿਸਾਨ ਨਾਲ ਰابطਾ ਕਾਇਮ ਕਰ ਸਕਨੇ ਆ ਉਹਦੇ ਕੋੜੇ ਮਿੱਠੇ ਤਜਰਬੇ ਲੈ ਸਕਨੇ ਆ ਤੇ ਉਹਨਾਂ ਤਜਰਬਿਆਂ ਦੇ ਬਿਨਾ ਤੇ ਅਗਲੇ ਬਾਰੇ ਦੀ ਯੋਜਨਾ ਸਾਨੂੰ ਹੁਣੇ ਉਹ ਲਿਖਣੀ ਪਵੇਗੀ ਇੰਜੀਨੀਅਰ ਜਗਦੀਸ਼ ਜੀ ਤੁਸੀਂ ਕਿਹਾ ਕਿ ਮਾਰਚ ਤੋਂ ਬਾਅਦ ਫਿਰ ਸੰਭਾਵਨਾ ਹੈ ਇਸ ਸਕੀਮ ਦੇ ਆਉਣ ਦੀ ਕਿਸਾਨ ਨੂੰ ਸਬਸਿਡੀ ਮਿਲ ਸਕਦੀ ਹੈ ਕੀ ਕਿਸਾਨ ਜੇ ਮਨ ਕਿਸਾਨ ਦਾ ਬਣ ਜਾਂਦਾ ਹੈ ਕੀ ਮਾਰਚ ਨੂੰ ਉਡੀਕੇ ਕੇ ਪਹਿਲਾਂ ਹੀ ਤੁਹਾਡੇ ਵਿਭਾਗ ਨਾਲ ਤਾਲੁਕਾਤ ਪੈਦਾ ਕਰਕੇ ਤੁਹਾਨੂੰ ਐਪਲੀਕੇਸ਼ਨ ਦੇ ਦੇਵੇ ਜੋ ਤੁਹਾਡੀਆਂ ਜ਼ਰੂਰਤਾਂ ਹੈਗੀਆਂ ਉਹਦੇ ਮਤਲਬ ਆਪਣੀ ਕਾਰਵਾਈ ਪਾ ਸਕਦਾ ਜੀ ਸਸੀਂ ਕੋਸ਼ਿਸ਼ ਇਹ ਕਰਦੇ ਪਏ ਆ ਕਿ ਜਿਹੜਾ ਕੰਮ ਹੈਗਾ ਨਾ ਇਹਨੂੰ ਹੋਰ ਤਿੱਕਣਾ ਸੌਖਾ ਕਰਤਾ ਜਾਵੇ ਹੋ ਸਕਦਾ ਕਿ ਅਸੀਂ ਮਾਰਚ ਤੋਂ ਬਾਅਦ ਕੰਮ ਸਾਰੇ ਆਨਲਾਈਨ ਹੀ ਕਰ ਦੇਈਏ ਉਹਨਾਂ ਨੂੰ ਵੀ ਕਿਸਾਨ ਵੀਰ ਨੂੰ ਕਿਸੇ ਨੂੰ ਵੀ ਦਫ਼ਤਰ ਚ ਇਹਨੇ ਚੱਕਰ ਨਾ ਲਗਾਉਣੇ ਪੈਣ ਸਾਡਾ ਜੇ ਪੋਸੀਬਲ ਸਿਸਟਮ ਹੋ ਗਿਆ ਚੱਲ ਪਿਆ ਤਾਂ ਕਿਸਾਨ ਦੇ ਘਰ ਬੈਠੇ ਹੀ ਸਾਰੇ ਕੰਮ ਹੋ ਗਿਆ ਕਰਨਗੇ ਜੀ ਤੇ ਕੋਸ਼ਿਸ਼ ਇਹੀ ਹੈ ਜੀ ਆਪਣਾ ਵਿਭਾਗ ਮਹਿਕਮੇ ਨਜਾਇਤ ਨਾਲ ਆਇਆ ਕਰੇ ਤਾਲਮੇ ਰੱਖਿਆ ਕਰੇ ਤਾਂ ਜੋ ਪਤਾ ਲੱਗਦਾ ਰਹੇ ਕਿਹੜੀ ਸਕੀਮ ਚ ਕਿੰਨੀ ਸਬਸਿਡੀ ਹੋਣੀ ਹੈ ਹੁਣ ਵੀ ਸਾਡੇ ਕੋਲ ਆਓ ਜੀ ਆਇਆਂ ਨੂੰ ਅਸੀਂ ਤੁਹਾਨੂੰ ਦੱਸਾਂਗੇ ਆਹ ਮਸ਼ੀਨਾ ਹੈਗੀਆਂ ਆਹ ਵਧੀਆ ਚ ਹੈਗੀਆਂ ਇਹਦੇ ਰਿਜ਼ਲਟ ਤੁਸੀਂ ਆਪ ਜਾ ਕੇ ਫੀਲਡ ਦੇਖੋ ਤੁਸੀਂ ਦਫ਼ਤਰ ਆਓਗੇ ਸਾਡੇ ਕੋਲ ਕੁਝ ਲੈ ਕੇ ਹੀ ਜਾਓਗੇ ਆਪਣਾ ਟਾਈਮ ਜਰੂਰ ਸਾਨੂੰ ਦਿਓਗੇ ਅਸੀਂ ਤੁਹਾਡੇ ਟਾਈਮ ਦਾ ਮੁੱਲ ਮੋੜਾਂਗੇ ਤੁਸੀਂ ਆਪਣੀ ਪਲੈਨਿੰਗ ਹੁਣ ਕਰਕੇ ਸਾਰੇ ਨਤੀਜੇ ਕਿਹੜੇ ਚੰਗੇ ਮਾੜੇ ਫੈਕਟਰ ਨਾਲ ਕੰਮ ਕਰਕੇ ਤੁਸੀਂ ਉਦੋਂ ਤੱਕ ਆਪਣਾ ਮਨ ਬਣਾ ਸਕਦੇ ਆਂ ਕੁਝ ਕਿਸਾਨ ਵੀਰਾਂ ਨੇ ਇਸ ਵਾਰ ਜਿੱਦਾਂ ਹੈਪੀ ਸੀਟ ਕਣਗਰੀ ਗੱਲ ਕਰ ਕਈਆਂ ਕਿਸਾਨ ਵੀਰਾਂ ਨੇ ਹੈਪੀ ਸੀਡਰ ਨਾਲ ਕਣਕ ਬੀਜਣ ਤੋਂ ਪਹਿਲਾਂ ਮਲਚਰ ਵੀ ਫੇਰਿਆ ਕਈਆਂ ਨੇ ਸਿੱਧਾ ਹੈਪੀ ਸੀਡਰ ਵੇਚ ਦਿਆ ਪਰ ਦੋਨੇ ਖੁਸ਼ ਹੈਗੇ ਆ ਸਿਰਫ ਬਰਕਰੀ ਦੀ ਸਕੀਜ਼ ਦੇਖਣ ਨੂੰ ਮਿਲਿਆ ਕਿ ਜਿਹੜੀ ਪਰਾਲੀ ਉੱਪਰ ਖੇਤ ਚ ਪਈ ਸੀਗੀ ਉਹ ਇੱਕ ਵਾਰ ਕੱਟ ਕੇ ਥੱਲੇ ਖਿਲਰ ਗਈ ਜੀ ਅਦਰਵਾਈਜ਼ ਕਣਕ ਦੋਨੇ ਹੀ ਬਹੁਤ ਸੁਣੀ ਹੋ ਗਏ ਆ ਤੁਸੀਂ ਵੀ ਆਪਣਾ ਮਨ ਬਣਾਓ ਇੱਕ ਕਿਸਾਨ ਵੀਰਾਂ ਦੇ ਫੇਰ ਮੰਚ ਕੁਐਸਚਨ ਆਈਂਦਾ ਕਿ ਇਸ ਵਾਰ ਕਈਆਂ ਦੇ ਕਿਸਾਨ ਵੀਰਾਂ ਦੇ ਖੇਤ ਚ ਸੁੰਡੀ ਦਾ ਅਟੈਕ ਆ ਗਿਆ ਜੀ ਕਿਸਾਨ ਵੀਰੋ ਖੇਤ ਚ ਸੁੰਡੀ ਆਈ ਕਿੱਥੋਂ ਆਈ ਖੇਤ ਚ ਸੁੰਡੀ ਕੋਈ ਬੱਕਰੀ ਨਹੀਂ ਹੈਗੀ ਇਹ ਉਹੀ ਸੁੰਡੀ ਆ ਜਿਹੜੀ ਝੋਨੇ ਦੀ ਗੋਭ ਚ ਜਦੋਂ ਝੋਨਾ ਕੱਟ ਹੋ ਗਿਆ ਉਹ ਝੋਨਾ ਕੱਟ ਹੋਣ ਤੋਂ ਬਾਅਦ ਖੇਤ ਚ ਸੁੰਡੀ ਸੀਗੀ ਤਾਂ ਅਸੀਂ ਬੀਜੀਤੀ ਕਣਕ ਉੱਗੀ ਪਰ ਉਹ ਕਣਕ ਨੂੰ ਨੁਕਸਾਨ ਕੀਤਾ ਇਸ ਲਈ ਕਿਸਾਨ ਵੀਰੋ ਅਸੀਂ ਤੁਹਾਨੂੰ ਬੇਨਤੀ ਇਹ ਕਰਦੇ ਆਂ ਕਿ ਜਦੋਂ ਵੀ ਤੁਸੀਂ ਝੋਨੇ ਵਾਲੇ ਖੇਤ ਦੇਖਣੇ ਆ ਜਿਸ ਝੋਨੇ ਵਾਲੇ ਖੇਤ ਦੇ ਵਿੱਚ 60 70% ਤੋਂ ਵੱਧ ਗੋਹ ਵਾਲੀ ਸੁੰਡੀ ਦਾ ਅਟੈਕ ਹੋ ਗਿਆ ਤੁਸੀਂ ਉਸ ਖੇਤ ਦੇ ਵਿੱਚ ਹੈਪੀ ਸੀਡਰ ਨਾ ਬਜਾਈ ਨੀ ਕੰਨੀ ਉਸ ਖੇਤ ਵਿੱਚ ਅਸੀਂ ਤਾਂ ਇਹ ਕਹਿੰਦੇ ਆ ਤੁਸੀਂ ਬਾਹ ਕੇ ਬਜਾਈ ਕਰਨੀ ਹੈ ਚਾਹੇ ਉਲਟਾ ਮਲਚਰ ਫੇਰ ਕੇ ਉਲਟਾਵੇਂ ਹਲ ਯੂਜ਼ ਕਰੋ ਚਾਹੇ ਤਵੀਆਂ ਨਾ ਕਰੋ ਕਿਸੇ ਵੀ ਟੈਕਨੀਕ ਨਾ ਕਰੋ ਉਸ ਖੇਤ ਚ ਹੈਪੀ ਸੀਡਰ ਨੂੰ ਬਜਾਈ ਕਰਨ ਤੋਂ ਗਰੇਜ਼ ਕਰਨਾ ਹੈ ਬਾਕੀ ਹੋਰ ਕੋਈ ਪ੍ਰੋਬਲਮ ਨਹੀਂ ਹੈ ਜਿਸ ਵਾਰ ਅਜੇ ਤੱਕ ਦੇਖਣ ਰਿਜ਼ਲਟ ਵਿੱਚ ਸੋ ਕੁੱਲ ਮਿਲਾ ਕੇ ਨਤੀਜੇ ਜਿਹੜੇ ਨੇ ਬੜੇ ਅੱਛੇ ਵਧੀਆ ਨਜ਼ਰ ਆਉਂਦੇ ਨੇ ਜੇ ਖਰਚੇ ਦੀ ਗੱਲ ਕਰੀਏ ਖਰਚਾ ਵੀ ਜਿਹੜਾ ਉਹਨਾਂ ਜਿਆਦਾ ਨਹੀਂ ਹੈ ਜਿੰਨਾ ਕਿ ਦੱਸਿਆ ਜਾ ਰਿਹਾ ਸੀ ਬੜਾ ਜੀ ਲੱਗ ਜਾਣਾ ਲੇਕਿਨ ਗੱਲ ਇਹ ਹੈ ਕਿ ਜੇ ਅਸੀਂ ਬਚਤ ਦੀ ਗੱਲ ਕਰੀਏ ਨਦੀਨ ਨਾਸ਼ਕਾਂ ਦੀ ਗੱਲ ਕਰੀਏ ਪਾਣੀ ਦੀ ਗੱਲ ਕਰੀਏ ਉਹਦੇ ਤੇ ਸਾਡਾ ਖਰਚਾ ਘਟਦਾ ਹੈ ਤੇ ਕੁੱਲ ਮਿਲਾ ਕੇ ਬਰਾਬਰ ਹੋ ਜਾਂਦਾ ਲੇਕਿਨ ਮੈਂ ਫਿਰ ਉਹੀ ਬੇਨਤੀ ਕਰਾਂਗਾ ਇਹ ਆਪਣੇ ਵਾਲੇ ਦੋ ਵਾਲੇ ਅਜਾਏ ਕਿਸਾਨ ਹੋਣਗੇ ਜਿਨ੍ਹਾਂ ਨੇ ਇਹ ਨਾ ਤਕਨੀਕਾਂ ਨੂੰ ਅਪਣਾਇਆ ਸਾਡਾ ਫਰਜ਼ ਬੰਦਾ ਹੈ ਕਿ ਹਾਲ ਦੀ ਘੜੀ ਸੋਨਾਂ ਨੂੰ ਜਰੂਰ ਜਾ ਕੇ ਮਿਲੀ ਤੇ ਜਿੱਥੇ ਸਾਡੀ ਕੋਈ ਗਿਲਾ ਸ਼ਿਕਵਾ ਹੈ ਜਾਂ ਕਹ ਲੋ ਕਿ ਸਾਡੇ ਕੋਲ ਕੋਈ ਐਸੀ ਕੋਈ ਤਕਨੀਕ ਬਾਰੇ ਸਾਨੂੰ ਨਹੀਂ ਭਰੋਸਾ ਉਹ ਅੱਜ ਆਪਾਂ ਮਹਿਕਮਾ ਜ਼ਰਿਆ ਦੇ ਨਾਲ ਵੀ ਤਾਲੁਕਤ ਪੈਦਾ ਕਰਕੇ ਆ ਫਾਇਦਾ ਉਠਾ ਸਕਦੇ ਆ ਜਿੰਨੇ ਚੌਦੀਸ਼ ਜੀ ਕਈ ਸਾਡੇ ਕਿਸਾਨ ਸਾਡੇ ਨਾਲ ਜੁੜੇ ਨੇ ਔਰ ਉਹ ਇਹ ਸੋਚਦੇ ਹੋਣਗੇ ਵੀ ਪਿਛਲੇ ਵਾਰੇ ਮੈਂ ਅਪਲਾਈ ਕੀਤਾ ਸੀ ਮੈਨੂੰ ਸਬਸਿਡੀ ਤੇ ਮਿਲੀ ਨਹੀਂ ਜਦ ਮੇਰੇ ਖਾਤੇ ਚ ਪੈਸੇ ਨਹੀਂ ਪਏ ਜਾਂ ਮੈਨੂੰ ਮਸ਼ੀਨ ਚੰਗੀ ਨਹੀਂ ਮਿਲੀ ਜਾਂ ਮਸ਼ੀਨ ਮੈਨੂੰ ਮਿਲੀ ਏ ਤੇ ਉਹ ਉਹ ਚੱਲੀ ਨਹੀਂ ਜਾਂ ਚਲਾਈ ਨਹੀਂ ਗਈ ਸੋ ਇਹੋ ਜਿਹੇ ਤੋਹਲੇ ਇਹੋ ਜੀਆਂ ਸਮੱਸਿਆਵਾਂ ਮਨ ਵਿੱਚ ਜ਼ਰੂਰ ਹੋਣਗੀਆਂ ਸੋ ਤੁਸੀਂ ਕੀ ਸਮਝਦੇ ਹੋ ਕਿ ਅੱਜ ਦੇ ਇਸ ਮੌਕੇ ਤੇ ਤੁਸੀਂ ਕਿਸਾਨਾਂ ਨਾਲ ਜੁੜੇ ਹੋ ਕੀ ਕਿਸਾਨਾਂ ਨੂੰ ਸੰਬੋਧਨ ਕਰੋਗੇ ਤਾਂ ਕਿ ਉਹ ਕਿਸਾਨ ਜਿਹੜੇ ਕਿ ਪਿਛਲੇ ਵਾਰੇ ਰਹਿ ਗਏ ਨੇ ਕਿਸੇ ਕਾਰਨ ਕਰਕੇ ਰਹਿ ਗਏ ਨੇ ਜਾਂ ਉਹਨਾਂ ਨੂੰ ਸਬਸਿਡੀ ਨਹੀਂ ਮਿਲੀ ਵੇ ਬੇਤੀ ਕੀਤੀ ਹੈ ਉਹਨਾਂ ਕਿਸਾਨਾਂ ਨੂੰ ਕੀ ਕਰਨ ਜਾਓਗੇ ਜਿਹੜੇ ਕਿਸਾਨ ਵੀਰਾਂ ਨੇ ਪਿਛਲੇ ਸਾਲ ਅਪਲਾਈ ਕੀਤਾ ਸੀਗੇ ਜੀ ਉਹ ਕਿਸੇ ਕਾਰਨ ਕਰਕੇ ਜਾਂ ਉਹਨਾਂ ਨੂੰ ਸਮੇਂ ਸਿਰ ਮਸ਼ੀਨ ਨਹੀਂ ਮਿਲ ਸਗੀ ਫਿਰ ਉਸਕਾ ਦੇਰੀ ਨਾਲ ਮਿਲਣ ਕਰਕੇ ਉਹ ਨਹੀਂ ਲੈ ਸਕੇ ਕਿਸਾਨ ਵੀਰੋ ਇਸ ਵਾਰ ਤੁਸੀਂ ਸਕੀਮ ਜਿਹੜੀ ਹੈਗੀ ਆ ਅਸੀਂ April ਤੋਂ ਸ਼ੁਰੂ ਕਰਨ ਦੀ ਦਿੰਨੀ ਆ ਜੀ ਤੁਸੀਂ ਸਮੇਂ ਨਾਲ ਚਲੋ ਮਸ਼ੀਨ ਤੁਹਾਨੂੰ ਟਾਈਮ ਨਹੀਂ ਮਿਲ ਜਾਊਗੀ ਠੀਕ ਹੈ ਜੀ ਸਬਸਿਡੀ ਇਸ ਵਾਰੀ ਮਿਲੂਗੀ ਹਾਂ ਜੇਕਰ ਕਿਸੇ ਵੀ ਕਿਸਾਨ ਵੀਰ ਨੇ ਮਸ਼ੀਨ ਲਈ ਹੋਈ ਆ ਉਹਨੂੰ ਸਬਸਿਡੀ ਨਹੀਂ ਖਾਤੇ 'ਚ ਪਈ ਉਹ ਆਪਣੇ ਜ਼ਿਲ੍ਹਾ ਮੁਖੀ ਜਿਹੜੇ ਦਫ਼ਤਰ ਨਾਲ ਤਾਲਮੇਲ ਕਰਕੇ ਸਬਸਿਡੀ ਦੀ ਆਪਣਾ ਕੰਮ ਠੀਕ ਕਰਵਾ ਸਕਦਾ ਕਿਉਂਕਿ ਸਾਡੇ ਵੱਲੋਂ ਸਾਰਿਆਂ ਦੀ ਸਬਸਿਡੀਆਂ ਰੀਲਿਸ ਕਰਤੀਆਂ ਗਈਆਂ ਆ ਮੈਂਕਮੇ ਬਲੋਂ ਕਿਸੇ ਦਾ ਕੋਈ ਖਾਤਾ ਗਲਤ ਹੋਣ ਕਰਕੇ ਸਬਸਿਡੀ ਹੋ ਸਕਦਾ ਹੈ ਕਿ ਇਹਨਾਂ ਪ੍ਰੋਸੈਸ ਵਿੱਚ ਹੋਵੇ ਉਸ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਕਲੀਅਰ ਕਰਵਾ ਲੇ ਅਦਰਵਾਈਜ਼ ਸਾਡੇ ਡਿਪਾਰਟਮੈਂਟ ਨੇ ਜਿੰਨਿਆਂ ਨੇ ਵੀ ਦਫ਼ਤਰ ਆਪਣੇ ਬਿੱਲ ਜਮ੍ਹਾਂ ਕਰਵਾਏ ਸੀਗੇ ਕੋਈ ਵੀ ਫਾਰਮਰ ਨਹੀਂ ਕਹਿ ਸਕਦਾ ਕਿ ਮੇਰੇ ਕੇਸ ਪ੍ਰੋਸੈਸ ਨਹੀਂ ਪੁਆ ਹੋਇਆ ਜੀ ਹਾਂਜੀ ਕਿਸੇ ਦੀ ਕੋਈ ਵੀ ਇਨਕੁਆਇਰੀ ਹੈਗੀ ਆ ਕਿਸੇ ਕਾਰਨ ਕਰਕੇ ਖਾਤਾ ਗਲਤ ਹੋਣ ਕਰਕੇ ਆਈਐਫਐਸਸੀ ਕੋਡ ਗਲਤ ਹੋਣ ਕਰਕੇ ਜਾਂ ਖਾਤਾ ਕਈ ਵਾਰ ਬੰਦ ਹੋ ਜਾਂਦਾ ਇਹਨੂੰ ਉਤਾਂ ਕਰਕੇ ਡੈਬਿਟ ਨਹੀਂ ਹੁੰਦੇ ਜੀ ਖਾਤੇ ਜੇ ਕ੍ਰੈਡਿਟ ਨਹੀਂ ਹੋ ਰਹੇ ਇਸ ਕਰਕੇ ਕਿਸਾਨ ਵੀ ਇਹਨੂੰ ਬੇਨਤੀ ਹੈ ਕਿ ਉਹ ਆਪਣਾ ਵਿਭਾਗ ਨਾਲ ਤਾਲਮੇਲ ਕਰਕੇ ਜਾਂ ਆਪਣਾ ਖਾਤਾ ਨੰਬਰ ਹੋਰ ਦੇ ਕੇ ਉਹ ਆਪਣੀ ਸਬਸਿਡੀ ਰੀਲੀਜ਼ ਕਰਵਾ ਲੈ ਜੀ ਸੋ ਕੋਈ ਸਮੱਸਿਆ ਨਹੀਂ ਹੈ ਸਿਰਫ ਸਮੱਸਿਆ ਹੈ ਕਿ ਇੱਕ ਕਮਿਊਨੀਕੇਸ਼ਨ ਗੈਪ ਉਹ ਜਿਹਨੂੰ ਕਹਿੰਦੇ ਆ ਕਈ ਆਪਾਂ ਨਾ ਤਾਲੁਕਾਤ ਪੈਦਾ ਨਹੀਂ ਕਰ ਪਾਉਂਦੇ ਆਪਾਂ ਮਹਿਕਮੇ ਨਾਲ ਤਾਲੁਕਤ ਪੈਦਾ ਕਰੀ ਆਪਣੇ ਇਲਾਕੇ ਦੇ ਖੇਤੀਬਾੜੀ ਅਫਸਰ ਜਾਂ ਖੇਤੀਬਾੜੀ ਵਿਕਾਸ ਸਹਾਇਕ ਜਾਂ ਖੇਤੀਬਾੜੀ ਇੰਜੀਨੀਅਰ ਖੇਤੀਬਾੜੀ ਵਿਭਾਗ ਦੇ ਅਫਸਰ ਦੇ ਨਾਲ ਤਾਲੁਕਤ ਪੈਦਾ ਕਰਕੇ ਤੇ ਆਪਾਂ ਇਹ ਸਮੱਸਿਆ ਦਾ ਹੱਲ ਕੱਢ ਸਕਦੇ ਆ ਇੰਜੀਨੀਅਰ ਜਗਦੀਸ਼ ਜੀ ਹੁਣ ਇੱਕ ਬੜਾ ਹੀ ਮਹੱਤਵਪੂਰਨ ਸਵਾਲ ਆਮ ਕਿਸਾਨਾਂ ਦੇ ਮਨ ਚ ਜੁਆਉਂਦਾ ਆਂਦਾ ਹੋਵੇਗਾ ਵੀ ਲੋ ਜੀ ਕਿਉਂਕਿ ਜਦੋਂ ਅਸੀਂ ਪ੍ਰਾਲ ਨੂੰ ਸੰਬੰਧੀ ਗੱਲ ਕਰਨੀ ਆ ਤੇ ਸਾਡੇ ਕੋਲ ਤਿੰਨ ਚਾਰ ਪੰਜ ਆਪਸ਼ਨ ਆ ਜਾਂਦੀਆਂ ਵੱਖ-ਵੱਖ ਚਾਹੇ ਉਹ ਐਪੀਸਿਡਰੇ ਚਾਹੇ ਮਲਚਰ ਰੇ ਤੇ ਚਾਹੇ ਸਟਰਾਚ ਆਪਰੇ ਕਾਫੀ ਮਸ਼ੀਨਾਂ ਨੇ ਔਰ ਮਸ਼ੀਨਾਂ ਦੀ ਲਿਸਟ ਕਾਫੀ ਲੰਬੀ ਵੀ ਬਣ ਜਾਂਦੀ ਹੈ ਹੁਣ ਤੁਸੀਂ ਫੀਲਡ ਜਾਂਦੇ ਹੋ ਤੁਸੀਂ ਵੱਖ-ਵੱਖ ਕਿਸਾਨਾਂ ਨੂੰ ਮਿਲਦੇ ਹੋ ਕਿਸਾਨ ਦੀ ਤੁਸੀਂ ਵੀ ਲਾਂਦੇ ਹੋ ਖੇਤ ਦੀ ਵੀ ਤੁਸੀਂ ਵੀ ਲਾਂਦੇ ਹੋ ਤੁਹਾਡੇ ਅਨੁਸਾਰ ਇਮਾਨਦਾਰੀ ਨਾਲ ਦੱਸਿਓ ਵੀ ਕਿਹੜੀ ਤਕਨੀਕ ਸਭ ਤੋਂ ਵਧੀਆ ਹੈ ਜਿਹੜੀ ਕਿ ਕਿਸਾਨ ਨੇ ਅਪਣਾਈ ਇਹਦੇ ਕਿਸਾਨ ਬਾਗੋ-ਬਾਗ ਹੋਇਆ ਫਿਰਦਾ ਕਿਹੜੀ ਤਕਨੀਕ ਤੁਸੀਂ 1 ਨੰਬਰ ਦਿੰਦੇ ਹੋ ਕਿਹਨੂੰ ਤੁਸੀਂ 2 ਨੰਬਰ ਦਿੰਦੇ ਹੋ ਕਿਹੜੀ ਤਕਨੀਕ ਸਭ ਤੋਂ ਵਧੀਆ ਹੈ ਟੈਕਨੀਕ ਕਿਸੇ 'ਚ ਕੋਈ ਕਮੀ ਨਹੀਂ ਹੈ ਸਾਡੇ ਖੇਤ ਦੇ ਮੁਤਾਬਕ ਸਾਡੀ এনवायरमेंट ਦੇ ਮੁਤਾਬਕ ਸਾਡੇ ਸੋਇਲ ਦੇ ਮਿੱਟੀ ਦੇ ਟਾਈਪ ਦੇ ਮੁਤਾਬਕ ਸਾਨੂੰ ਹਰ ਮਸ਼ੀਨ ਦੇ ਵਿੱਚ 19 21 ਦਾ ਫੇਰ ਕਰਨਾ ਪੈਂਦਾ ਜੀ ਠੀਕ ਹੈ ਜੀ ਹੈਪੀ ਸੀਡਡ ਟੈਕਨੀਕ ਚ ਕੋਈ ਕਮੀ ਨਹੀਂ ਹੈਗੀ ਜੀ ਕਾਰਨ ਕੀ ਆ ਕੁਝ ਕਿਸਾਨ ਵੀਰਾਂ ਦੇ ਮਨ ਚ ਦੁਬਦਾ ਸੀ ਕਿ ਹੈਪੀ ਸੀਡ ਚੱਲੂ ਕਿਦਾਂ ਹੈ ਪਹਿਲੇ ਸਾਲ ਚਲਾਇਆ ਕਈਆਂ ਕਿਸਾਨ ਵੀਰਾਂ ਨੂੰ ਪ੍ਰੋਬਲਮ ਆਈਆਂ ਜੀ ਇੱਕ ਨੇਚਰ ਦਾ ਰੂਲ ਆ ਜੇ ਸਾਡਾ ਕਣਕ ਦਾ ਦਾਣਾ ਜ਼ਮੀਨ ਦੇ ਵਿੱਚ ਸਹੀ ਜਗ੍ਹਾ ਤੇ ਡਿਗੂਗਾ ਤਾਂ ਹੀ ਉਗਣਾ ਹੈ ਜੀ ਬਿਲਕੁਲ ਆਮ ਕਿਸਾਨ ਵੀਰਾਂ ਨੇ ਕਈ ਵਾਰ ਮਸ਼ੀਨ ਪਹਿਲੀ ਵਾਰ ਚਲਾਉਣ ਦੇ ਕਰਕੇ ਦਾਣਾ ਉੱਚਾ ਰਹਿ ਗਿਆ ਜੀ ਜਿੱਥੇ ਸਹੀ ਜਗ੍ਹਾ ਡਿਗਿਆ ਉੱਥੇ ਉੱਗਿਆ ਇੱਕ ਮੇਰੇ ਕੋਲ ਕਿਸਾਨ ਵੀਰ ਆਇਆ ਜੀ ਕਹਿੰਦੇ ਜੀ ਮੇਰੀ ਉੱਗੀ ਨਹੀਂ ਜੀ ਮੈਂ ਕਿਹਾ ਚਲ ਦੇਖੀਏ ਜੀ ਕੋਲੀ ਵਾਲ ਪਿੰਡ ਹੈ ਜੀ ਉੱਥੇ ਜਾ ਕੇ ਦੇਖਿਆ ਮੈਂ ਕਿਹਾ ਤੂੰ ਡੂੰਗਾ ਚਲਾਇਆ ਕਿੰਨਾ ਜੀ ਕਹਿੰਦੇ 3 ਇੰਚੀ ਡਾਕਟਰ ਸਾਹਿਬ ਕਿਸੇ ਵੀ ਖੇਤ ਵਿੱਚ 3 ਇੰਚੀ ਡੂੰਗੀ ਕਰਨ ਦੀ ਲੋੜ ਨਹੀਂ ਹੈ ਇਸ ਦਾ ਟਾਈਟੋ 3 ਸੈਂਟੀਮੀਟਰ ਕਹਿੰਦੇ ਆ ਇੰਚ ਨਹੀਂ ਕਹਿੰਦੇ ਜੀ ਉਹ ਇੰਨੀ ਡੂੰਗੀ ਕਣਕ ਉਹ ਹੀ ਨਹੀਂ ਪਾਈ ਜੀ ਇਸ ਕਰਕੇ ਮਸ਼ੀਨ ਦੀ ਚਲਾਉਣ ਚ ਕਮੀ ਹੋ ਸਕਦੀ ਹੈ ਜੀ ਟੈਕਨੀਕ ਚ ਕੋਈ ਕਮੀ ਨਹੀਂ ਕੁਝ ਕਿਸਾਨ ਵੀਰ ਇਹ ਕਹਿੰਦੇ ਆ ਕਿ ਜਿਹੜੀ ਹੈਪੀ ਸੀਡਰ ਦੀ ਕਣਕ ਹੈਗੀ ਇਹ ਕੁਝ ਦਿਨ ਦਿਖਾਈ ਨਹੀਂ ਦਿੰਦੇ ਹਾਂਜੀ ਕਿਸਾਨ ਵੀਰੋ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਕਰਦੇ ਆ ਕਿਉਂਕਿ ਜਿਹੜੇ ਮੋਢੇ ਖੜੇ ਹੁੰਦੇ ਆ ਜਿੰਨਾ ਚਿਰ ਮੁੱਢੇ ਭਾ ਮਾਰਦੇ ਆ ਉਹਨਾਂ ਚਿਰ ਕਣਕ ਸਾਨੂੰ ਚੰਗਿਆ ਰੂਪ ਨਹੀਂ ਦਿਖਾਈ ਦਿੰਦਾ ਬਿਲਕੁਲ ਸੋ ਗੱਲ ਹੈ ਕਿ ਨੁਕਤਿਆਂ ਦੇ ਨਾਲ ਜੁੜਨਾ ਬੜਾ ਜ਼ਰੂਰੀ ਖੇਤੀ ਹੁਣ ਤਕਨੀਕ ਦੀ ਖੇਤੀ ਹੈ ਹੁਣ ਇਹ ਨਹੀਂ ਕਿ ਆਪਾਂ ਜਦੋਂ ਕੰਮ ਕਰਨਾ ਹੈ ਉਦੋਂ ਹੀ ਤੁਰਨਾ ਸਾਨੂੰ 3-4 ਮਹੀਨੇ ਪਹਿਲਾਂ ਹੀ ਸੋਚ ਬਣਾਣੀ ਪਏਗੀ ਯੋਜਨਾ ਬਣਾਈ ਪਏਗੀ ਕਿ ਮੈਪ ਕਿ ਹੋ ਕੇ ਜੀ ਕੀ ਕਰਨਾ ਹੈ ਔਰ ਕਿਸ ਢੰਗ ਨਾਲ ਆਪਣੀ ਖੇਤੀ ਨੂੰ ਮੈਂ ਦਿਸ਼ਾ ਦੇਣੀ ਹੈ ਸੋ ਇੰਜੀਨੀਅਰ ਜਗਦੀਸ਼ ਸਿੰਘ ਜੀ ਬੜੇ ਵਧੀਆ ਢੰਗ ਨਾਲ ਬਤੌਰ ਖੇਤੀਬਾੜੀ ਇੰਜੀਨੀਅਰ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਔਰ ਗੱਲ ਹੈ ਕਿ ਕਿਸਾਨਾਂ ਤੱਕ ਇਹ ਸੁਨੇਹ ਪੁੱਜਨੇ ਬੜੇ ਜ਼ਰੂਰੀ ਸੀ ਕਿਸਾਨ ਨੂੰ ਪੂਰੀ ਉਮੀਦ ਹੈ ਕਿ ਇਹਨਾਂ ਸੁਨੇਹਾਂ ਨੂੰ ਆਪਣੇ ਖੇਤਾਂ 'ਚ ਅੰਬਲਾਂ ਵਿੱਚ ਵੀ ਲਿਆਉਣਗੇ ਕਿਉਂਕਿ ਅੰਬਲਾਂ ਨਾਲ ਹੀ ਨਿਮੇੜੇ ਹੋਣੇ ਸੋ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੀ